ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਈਨ ਅਤੇ ਵਰਸਟਾਈਲ ਐਕਟਰਸ ਵੀ ਨੇ ਅਤੇ ਸਿੰਗਰਸ ਵੀ ਨੇ। ਅੱਜ ਮੈਂ ਇੱਕ ਅਜਿਹੇ ਹੀ ਵਰਸਟਾਈਲ ਸਿੰਗਰ ਅਤੇ ਐਕਟਰ ਦੇ ਬਾਰੇ ਗੱਲ ਕਰਨ ਜਾ ਰਹੀ ਹਾਂ ਤੁਹਾਡੇ ਸਾਰਿਆਂ ਦੇ ਨਾਲ। ਜੀ, ਮੈਂ ਗੱਲ ਕਰ ਰਹੀ ਹਾਂ ਨਿੰਜਾ ਦੇ ਬਾਰੇ, ਜੋ ਆਪਣੇ ਰੋਮਾਂਟਿਕ ਸੌਂਗਸ ਦੇ ਲਈ ਜਾਣੇ ਜਾਂਦੇ ਨੇ। ਉਹਨਾਂ ਦੇ ਰੋਮਾਂਟਿਕ ਟਰੈਕਸ ਦੇ ਵਿੱਚੋਂ ਨਾਮ ਸ਼ਾਮਿਲ ਹੁੰਦਾ ਹੈ ਉਹਨਾਂ ਦੇ ਸੁਪਰ ਹਿੱਟ ਟਰੈਕ ਆਦਤ ਦਾ, ਜਿਸ ਦੇ ਨਾਲ ਉਹਨਾਂ ਨੂੰ ਫੇਮ ਅਤੇ ਰੈਕੋਗਨੀਸ਼ਨ ਹਾਸਿਲ ਹੋਈ ਸੀ। ਅਤੇ ਉਸ ਤੋਂ ਬਾਅਦ ਉਹ ਕਈ ਹੋਰ ਸੌਂਗਸ ਲੈ ਕੇ ਆਏ, ਜਿਵੇਂ ਕਿ ਆਦਤ, ਰੋਈਨਾ ਅਤੇ ਕੱਲਾ ਚੰਗਾ। ਅਤੇ ਉੱਥੇ ਉਹਨਾਂ ਦਾ ਹਾਲ ਹੀ ਦੇ ਵਿੱਚ ਰਿਲੀਜ਼ ਹੋਇਆ ਸੀ ਸੌਂਗ ਮਿੱਤਰਾਂ ਦਾ ਨਾਂ, ਜੋ ਲੋਕਾਂ ਨੂੰ ਪਸੰਦ ਆ ਰਿਹਾ ਹੈ। ਅਤੇ ਇੱਕ ਕਾਫ਼ੀ ਡਿਫਰੈਂਟ ਜੌਨਰ ਦਾ ਗਾਣਾ ਵੀ ਸੀ ਇਹ ਵਾਲਾ। ਪਰ ਹੁਣ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਹੁਣ ਨਿੰਜਾ ਲੱਗ ਰਹੇ ਨੇ ਕੁਝ ਕਨਫਿਊਜ਼ਡ, ਜਿੱਥੇ ਆਪਣੇ ਫੈਨਸ ਨੂੰ ਪੁੱਛ ਬੈਠੇ ਨੇ ਕਿ ਉਹਨਾਂ ਨੂੰ ਕੀ ਲੱਗਦਾ ਕਿ ਕਿਹੜਾ ਗਾਣਾ ਉਹਨਾਂ ਨੂੰ ਕਰਨਾ ਚਾਹੀਦਾ। ਜੀ ਹਾਂ, ਨਿੰਜਾ ਨੇ ਹਾਲ ਹੀ ਦੇ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ, ਜਿੱਥੇ ਉਹਨਾਂ ਨੇ ਆਪਣੀ ਕਾਰਟੂਨ ਪਿਕਚਰ ਨੂੰ ਸ਼ੇਅਰ ਕੀਤਾ। ਅਤੇ ਉਸਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਆਪਣੇ ਫੈਨਸ ਨੂੰ ਪੁੱਛਿਆ ਕਿ ਉਹ ਨੈਕਸਟ ਗਾਣਾ ਰੋਮਾਂਟਿਕ ਲੈ ਕੇ ਆਉਣ, ਸੈਡ ਲੈ ਕੇ ਆਉਣ ਜਾਂ ਕੋਈ ਬੀਟ ਸੌਂਗ ਲੈ ਕੇ ਆਉਣ। ਸੋ ਜੇ ਚੈੱਕ ਕਰਦੇ ਨਿੰਜਾ ਵੱਲੋਂ ਸ਼ੇਅਰ ਕੀਤੀ ਹੋਈ ਇਸ ਪਿਕਚਰ ਨੂੰ, ਨੈਕਸਟ ਗਾਣਾ ਦੱਸੋ ਕਿਵੇਂ ਦਾ ਆਵੇ, ਬੀਟ ਰੋਮਾਂਟਿਕ ਜਾਂ ਸੈਡ। ਇਸੀ ਪੋਸਟ ਦਾ ਰਿਪਲਾਈ ਕਰਦੇ ਹੋਏ ਸਾਰਾ ਗੁਰਪਾਲ ਨੇ ਲਿਖਿਆ ਹੈ ਆਲ। ਸੋ ਜਿੱਥੇ ਨਿੰਜਾ ਕਾਫ਼ੀ ਕਨਫਿਊਜ਼ ਲੱਗ ਰਹੇ ਨੇ, ਉਹਨਾਂ ਦੇ ਫੈਨਸ ਤਾਂ ਚਾਹੁੰਦੇ ਨੇ ਕਿ ਨਿੰਜਾ ਹਰ ਜੌਨਰ ਦਾ ਗਾਣਾ ਉਹਨਾਂ ਦੇ ਪੇਸ਼ ਕਰਨ, ਅਤੇ ਉਹਦੀ ਸਾਰਾ ਗੁਰਪਾਲ ਦੀ ਵੀ ਕੁਝ ਅਜਿਹੀ ਹੀ ਖੁਆਇਸ਼ ਹੈ। ਇਹ ਤਾਂ ਅਸੀਂ ਸਾਰਿਆਂ ਨੇ ਦੇਖ ਲਿਆ। ਅਤੇ ਉਹਦੀ ਇੱਕ ਹੋਰ ਗੱਲ ਮੈਨੂੰ ਪਤਾ ਲੱਗੀ ਹੈ ਨਿੰਜਾ ਦੇ ਬਾਰੇ। ਨਿੰਜਾ ਬਹੁਤ ਵਧੀਆ ਸਿੰਗਰ ਤਾਂ ਨੇ, ਪਰ ਉਸਦੇ ਨਾਲ ਹੀ ਬਹੁਤ ਹੀ ਵਧੀਆ ਇੰਸਟਰੂਮੈਂਟਸ ਵੀ ਵਜਾਉਂਦੇ ਨੇ। ਇੱਕ ਹਾਲ ਹੀ ਦੇ ਵਿੱਚ ਨਿੰਜਾ ਨੇ ਵੀਡੀਓ ਸ਼ੇਅਰ ਕੀਤੀ ਸੀ, ਅਤੇ ਇਸ ਵੀਡੀਓ ਦੇ ਵਿੱਚ ਉਹ ਨਜ਼ਰ ਆ ਰਹੇ ਨੇ ਔਨ ਦ ਸਪੋਟ ਅਲਗੋਜ਼ੇ ਵਜਾਉਂਦੇ ਹੋ, ਅਤੇ ਵਿਦਆਊਟ ਐਨੀ ਡਾਊਟ ਇਸ ਅਲਗੋਜ਼ੇ ਨੂੰ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਜਾਇਆ। ਸੋ ਜੀ, ਚੈੱਕ ਕਰਦੇ ਇਸ ਵੀਡੀਓ ਨੂੰ ਜਿਸਨੂੰ ਸ਼ੇਅਰ ਕੀਤਾ ਗਿਆ ਨਿੰਜਾ ਦੇ ਵੱਲੋਂ। ਨਿੰਜਾ ਜਦ ਵੀ ਕੁਝ ਕਰਦੇ ਨੇ ਉਸਦੇ ਵਿੱਚ ਉਹ ਆਪਣਾ ਬੈਸਟ ਦਿੰਦੇ ਨੇ, ਐਂਡ ਆਈ ਐਮ ਸ਼ੋਰ ਕਿ ਉਹਨਾਂ ਦਾ ਆਉਣ ਵਾਲਾ ਗਾਣਾ ਜਾਂ ਹੋ ਸਕਦਾ ਹੈ ਗਾਣੇ ਬਹੁਤ ਹੀ ਵਧੀਆ ਹੋਣਗੇ। ਪਰ ਹੁਣ ਤੁਸੀਂ ਵੀ ਮੈਨੂੰ ਦੱਸਣਾ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਕਿ ਤੁਸੀਂ ਕਿਹੜਾ ਗਾਣਾ ਸੁਣਨਾ ਚਾਹੁੰਦੇ ਹੋ ਨਿੰਜਾ ਦੇ ਵੱਲੋਂ। ਕੀ ਤੁਸੀਂ ਚਾਹੁੰਦੇ ਹੋ ਬੀਟ ਗਾਣਾ ਲੈ ਕੇ ਆਉਣ ਜਾਂ ਰੋਮਾਂਟਿਕ ਸੌਂਗ ਲੈ ਕੇ ਆਉਣ ਜਾਂ ਸੈਡ ਗਾਣਾ। ਸੋ ਸਾਨੂੰ ਆਪਣੇ ਆਨਸਰਸ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸੋ, ਅਤੇ ਇਹੋ ਜਿਹੀ ਹੋਰ ਇੰਟਰਸਟਿੰਗ ਬਾਲੀਵੁੱਡ ਅਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਨੋਟੀਫਿਕੇਸ਼ਨਸ ਦੇ ਲਈ ਨੀਚੇ ਤੇ ਬੈਲ ਆਈਕਨ ਨੂੰ ਕਲਿੱਕ ਕਰੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।